ਗੁਰੂ ਪਿਆਰਿਓ, ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਸਾਰੇ ਹੀ ਲੋਕ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਆ। ਪਰ ਜੇਕਰ ਤੁਸੀਂ ਇੱਕ ਰਹਿਤ ਮਰਿਆਦਾ ਦੇ ਵਿੱਚ ਰਹਿ ਕੇ ਕੜਾਹ ਪ੍ਰਸ਼ਾਦ ਨੂੰ ਇਸ ਤਰ੍ਹਾਂ ਤਿਆਰ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਗੁਰਮੁਖ ਪਿਆਰਿਓ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਮਰਿਆਦਾ ਦੱਸੀ ਆ। ਇਤਿਹਾਸ ਵਿੱਚੋਂ ਤੁਸੀਂ ਸਰਵਣ ਕਰ ਸਕਦੇ ਹੋ ਕਿਸ ਤਰ੍ਹਾਂ ਕੜਾਹ ਪ੍ਰਸ਼ਾਦ ਤਿਆਰ ਕਰਨਾ। ਕਈ ਵਾਰੀ ਸਾਨੂੰ ਵਿਧੀ ਨਹੀਂ ਪਤਾ ਹੁੰਦੀ, ਇਹ ਇੱਕ ਵਿਧੀ ਆ, ਇਹ ਬਹੁਤ ਘੱਟ ਲੋਕ ਜਾਣਦੇ ਆ। ਇਸ ਲਈ ਸਾਰੀ ਗੱਲ ਨੂੰ ਪੂਰਾ ਧਿਆਨ ਦੇ ਨਾਲ ਸੁਣਿਓ, ਕਿਉਂਕਿ ਅਧੂਰੇ ਗਿਆਨ ਕਰਕੇ ਕਈ ਵਾਰ ਸਾਨੂੰ ਪੂਰੀ ਗੱਲ ਸਮਝ ਵਿੱਚ ਨਹੀਂ ਪੈਂਦੀ ਅਤੇ ਆਪਣਾ ਜਿਹੜਾ ਕਾਰਜ ਆ ਉਹ ਵੀ ਪੂਰਾ ਨਹੀਂ ਹੁੰਦਾ। ਤਾਂ ਅੱਜ ਕੜਾਹ ਪ੍ਰਸ਼ਾਦ ਕਿਸ ਤਰ੍ਹਾਂ ਤਿਆਰ ਕਰੀਏ ਵੀ ਘਰ ਦੇ ਵਿੱਚ ਜੋ ਵੀ ਕੱਲ ਕਲੇਸ਼ ਆ, ਕਈ ਲੋਕ ਆ ਉਹਨਾਂ 'ਤੇ ਮੁਕੱਦਮੇ ਚੱਲੀ ਜਾਂਦੇ ਆ, ਕਈ ਲੋਕ ਆ ਉਹਨਾਂ ਦੇ ਅੰਦਰ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਕਈ ਰੋਗਾਂ ਨਾਲ ਗ੍ਰਸੇ ਪਏ ਆ, ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ। ਕਈ ਲੋਕ ਕਹਿ ਦਿੰਦੇ ਆ ਸਾਡੇ 'ਤੇ ਜਾਦੂ ਟੂਣੇ ਧਾਗੇ ਤਵੀਤ ਦਾ ਪ੍ਰਭਾਵ ਆ, ਆਹ ਕੁਝ ਸਾਡੇ ਸ਼ਰੀਕੇ ਵਾਲਿਆਂ ਨੇ ਸਾਡੇ ਨਾਲ ਕਰ ਦਿੱਤਾ। ਗੁਰਮੁਖ ਪਿਆਰਿਓ, ਜੇ ਤੁਸੀਂ ਆਹ ਮਰਿਆਦਾ ਗੁਰੂ ਸਾਹਿਬ ਜੀ ਦੀ ਅਪਣਾ ਲਈ, ਕੜਾਹ ਪ੍ਰਸ਼ਾਦ ਨੂੰ ਇਸੇ ਤਰ੍ਹਾਂ ਤਿਆਰ ਕਰਨ ਲੱਗ ਗਏ, ਕਿਸੇ ਵੀ ਚੀਜ਼ ਦਾ ਘਰ ਦੇ ਵਿੱਚ ਵਾਸ ਨਹੀਂ ਹੋ ਸਕਦਾ, ਤਾਂ ਆਓ ਆਪਾਂ ਜਾਣਦੇ ਹਾਂ ਇਹ ਸਾਰੀ ਮਰਿਆਦਾ। ਗੁਰਮੁਖ ਪਿਆਰਿਓ, ਹੁਣ ਤੁਸੀਂ ਕਹੋਗੇ ਸਾਨੂੰ ਕੜਾਹ ਪ੍ਰਸ਼ਾਦ ਜਿਹੜੀ ਇਹ ਦੇਗ ਆ ਇਹ ਤਿਆਰ ਕਰਨੀ ਆਉਂਦੀ ਆ, ਮੰਨਦੇ ਹਾਂ ਤੁਹਾਨੂੰ ਉਹ ਤਰੀਕਾ ਆਉਂਦਾ ਵਾ ਕਿਸ ਤਰ੍ਹਾਂ ਤਿਆਰ ਕਰੀ ਦੀ ਆ, ਪਰ ਮਰਿਆਦਾ ਦਾ ਨਹੀਂ ਪਤਾ ਨਾ। ਮਰਿਆਦਾ ਤੋਂ ਬਾਹਰ ਕੋਈ ਚੀਜ਼ ਹੋ ਜਾਵੇ ਗੁਰਮੁਖ ਪਿਆਰਿਓ, ਉਹ ਫਿਰ ਬਹੁਤ ਨੁਕਸਾਨ ਕਰ ਜਾਂਦੀ ਆ। ਜਿਵੇਂ ਅੱਗ ਆ, ਅੱਗ ਮਰਿਆਦਾ ਵਿੱਚ ਹੋਵੇ ਖਾਣਾ ਬਣਾਉਂਦੀ ਆ, ਪਰ ਜੇਕਰ ਅੱਗ ਮਰਿਆਦਾ ਤੋਂ ਬਾਹਰ ਹੋ ਜੇ ਸਭ ਕੁਝ ਸਾੜ ਕੇ ਸਵਾਹ ਵੀ ਕਰ ਦਿੰਦੀ ਆ। ਪਾਣੀ ਵੀ ਇਸੇ ਤਰ੍ਹਾਂ ਹੀ ਆ, ਮਰਿਆਦਾ ਵਿੱਚ ਹੋਵੇ ਪਿਆਸ ਬੁਝਾਉਂਦਾ, ਹਰਿਆਵਲ ਕਰਦਾ, ਪਰ ਮਰਿਆਦਾ ਤੋਂ ਬਾਹਰ ਹੋ ਜੇ ਬਹੁਤ ਜ਼ਿਆਦਾ ਤਬਾਹੀ ਕਰ ਦਿੰਦਾ। ਇਹ ਹੜ੍ਹ ਜਿਹੜੇ ਆਉਂਦੇ ਆ ਕਿਵੇਂ ਫਸਲਾਂ ਦਾ ਨੁਕਸਾਨ ਕਰ ਦਿੰਦੇ ਆ, ਇਸੇ ਕਰਕੇ ਮਰਿਆਦਾ ਸਾਨੂੰ ਸਿੱਖਣੀ ਚਾਹੀਦੀ ਆ। ਤਾਂ ਆਓ ਆਪਾਂ ਜਾਣਦੇ ਹਾਂ ਸਾਰੀ ਮਰਿਆਦਾ ਕੀ ਆ। ਸਭ ਤੋਂ ਪਹਿਲਾਂ ਤਾਂ ਜਦੋਂ ਕੜਾਹ ਪ੍ਰਸ਼ਾਦ ਤਿਆਰ ਕਰਨਾ, ਜਿਸਨੇ ਵੀ ਤਿਆਰ ਕਰਨਾ, ਉਹਨੂੰ ਪਵਿੱਤਰਤਾ ਦਾ ਬਹੁਤ ਖਿਆਲ ਰੱਖਣਾ ਚਾਹੀਦਾ, ਕਿਉਂਕਿ ਇਹ ਕੜਾਹ ਪ੍ਰਸ਼ਾਦ ਆ, ਇਹ ਕੋਈ ਆਮ ਭੋਜਨ ਨਹੀਂ ਹੈ, ਇਹਨੂੰ ਗੁਰੂ ਸਾਹਿਬ ਜੀ ਨੇ ਭੋਗ ਲਾਉਣਾ ਹੁੰਦਾ। ਗੁਰਮੁਖ ਪਿਆਰਿਓ, ਇਸ ਕਰਕੇ ਸਾਨੂੰ ਕੇਸੀ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਆ। ਹੁਣ ਬਹੁਤ ਸਾਰੀ ਸੰਗਤ ਆ ਉਹ ਕਹਿ ਦਿੰਦੀ ਅਸੀਂ ਕੇਸੀ ਇਸ਼ਨਾਨ ਕਰ ਲੈਂਦੇ ਹਾਂ ਕਿ ਇੱਥੇ ਮਰਿਆਦਾ ਠੀਕ ਆ। ਬਿਲਕੁਲ, ਕੇਸੀ ਇਸ਼ਨਾਨ ਹੀ ਕਰਨਾ ਜ਼ਰੂਰੀ ਆ, ਪਰ ਨਾਲ ਇਹ ਗੱਲ ਚੇਤੇ ਰੱਖਣੀ ਆ, ਤੁਸੀਂ ਜਿਹੜੀ ਦੂਜੀ ਗੱਲ ਆ ਕੇਸੀ ਇਸ਼ਨਾਨ ਕਰ ਲਿਆ ਜਦੋਂ, ਉਦੋਂ ਸਾਫ਼ ਸੁਥਰੇ ਵਸਤਰ ਵੀ ਪਹਿਨਣੇ ਆ, ਕੋਈ ਮੈਲੇ ਵਸਤਰ ਨਹੀਂ ਪਾਉਣੇ, ਕਿਉਂਕਿ ਭਾਈ ਕੜਾਹ ਪ੍ਰਸ਼ਾਦ ਤਿਆਰ ਕਰਨਾ। ਹੁਣ ਜਿਹੜੇ ਵੀ ਬਰਤਨਾਂ ਦੇ ਵਿੱਚ ਕੜਾਹ ਪ੍ਰਸ਼ਾਦ ਤਿਆਰ ਕਰਨਾ, ਉਹਨੂੰ ਪੂਰੇ ਸਾਫ਼ ਸੁਥਰੇ ਤਰੀਕੇ ਨਾਲ ਮਾਂਜਣਾ ਵਾ। ਇਹ ਜਿਹੜਾ ਬਰਤਨ ਆ, ਵੈਸੇ ਤਾਂ ਅੱਜ ਕੱਲ੍ਹ ਲੋਕ ਸਟੀਲ ਜ਼ਿਆਦਾ ਵਰਤਦੇ ਆ, ਮਰਿਆਦਾ ਤੋਂ ਬਾਹਰ ਹੋ ਗਏ ਆ, ਪਰ ਅਸਲ ਜਿਹੜਾ ਸਰਬ ਲੋਹਾ ਉਹਦੇ ਵਿੱਚ ਹੀ ਇਹ ਪ੍ਰਸ਼ਾਦ ਤਿਆਰ ਕੀਤਾ ਜਾਣਾ ਚਾਹੀਦਾ। ਪੁਰਾਣੇ ਬਜ਼ੁਰਗ ਜਾਣਦੇ ਆ ਜਦੋਂ ਸਰਬ ਲੋਹੇ ਦੇ ਬਰਤਨ ਦੇ ਵਿੱਚ, ਭਾਂਡੇ ਦੇ ਵਿੱਚ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਸੀ, ਉਹਦਾ ਅਲੱਗ ਹੀ ਰਸ ਸੀਗਾ। ਅੱਜ ਕੱਲ੍ਹ ਸਮਾਂ ਬਦਲ ਗਿਆ, ਲੋਕਾਂ ਨੇ ਆਪਣੀ ਮਰਿਆਦਾ ਸ਼ੁਰੂ ਕਰ ਲਈ ਆ, ਫਿਰ ਕਹਿ ਦਿੰਦੇ ਆ ਜੀ ਅਸੀਂ ਕੜਾਹ ਪ੍ਰਸ਼ਾਦ ਤਾਂ ਤਿਆਰ ਕੀਤਾ ਸੀਗਾ, ਪਰ ਜੀ ਸਾਨੂੰ ਫਰਕ ਨਹੀਂ ਪਿਆ ਜੀ ਕੋਈ। ਜਦੋਂ ਆਪਾਂ ਭਾਈ ਗੁਰੂ ਦੀ ਮਰਿਆਦਾ ਹੀ ਨਹੀਂ ਕਾਇਮ ਰੱਖਣੀ, ਫਰਕ ਕਿਵੇਂ ਪਵੇਗਾ ਸਾਨੂੰ। ਤਾਂ ਸਰਬ ਲੋਹ ਦਾ ਮਤਲਬ ਸ਼ੁੱਧ ਲੋਹਾ, ਉਹਦੇ ਵਿੱਚ ਇਹ ਜਿਹੜਾ ਸਾਨੂੰ ਪ੍ਰਸ਼ਾਦ ਆ ਤਿਆਰ ਕਰਨਾ ਚਾਹੀਦਾ। ਇਹ ਕੜਾਹੀਆਂ, ਇਹ ਬਰਤਨ ਜਿਹੜੇ ਆ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਣਗੇ,
ਪਰ ਇਹਨਾਂ ਦੀ ਸਾਂਭ ਸੰਭਾਲ ਵੱਧ ਕਰਨੀ ਪੈਂਦੀ ਆ, ਮਾਂਜਣਾ ਪੈਂਦਾ। ਅੱਜ ਕੱਲ੍ਹ ਕੀ ਆ, ਸਟੀਲ ਦਾ ਕੰਮ ਸੌਖਾ ਹੋਇਆ ਪਿਆ ਕਿ ਸਰਫ ਦੇ ਨਾਲ ਉਹਨੂੰ ਮਾਂਜ ਦਿਉ, ਤਾਂ ਕਰਕੇ ਲੋਕਾਂ ਨੇ ਫਿਰ ਇਹ ਮਰਿਆਦਾ ਨੂੰ ਘਰੋਂ ਬਾਹਰ ਕੱਢ ਦਿੱਤਾ। ਅਤੇ ਜਦੋਂ ਗੁਰੂ ਦੀ ਮਰਿਆਦਾ ਨੂੰ ਬਾਹਰ ਕੱਢ ਦਿੱਤਾ, ਖੁਸ਼ੀਆਂ ਕਿਸ ਤਰ੍ਹਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਜੀ? ਨਹੀਂ ਕਰ ਸਕਦੇ। ਤਾਂ ਸਰਬਲੋਹ ਦੇ ਬਰਤਨ ਹੋਣੇ ਚਾਹੀਦੇ ਆ। ਕੜਾਹ ਪ੍ਰਸ਼ਾਦ ਤਿਆਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ, ਗੁਰਮੁਖ ਪਿਆਰਿਓ, ਇਹ ਸਰਬਲੋਹ ਦੇ ਬਰਤਨਾਂ ਦੇ ਵਿੱਚ ਇਹ ਤਿਹਾਵਲ, ਇਹ ਆਟਾ, ਖੰਡ, ਗੁਰਮੁਖ ਪਿਆਰਿਓ ਅਤੇ ਇਹ ਜੋ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਹੈ, ਇਹ ਦੇਸੀ ਘਿਓ ਦੇ ਵਿੱਚ ਕੜਾਹ ਪ੍ਰਸ਼ਾਦ ਸਾਨੂੰ ਤਿਆਰ ਕਰਨਾ ਚਾਹੀਦਾ। ਹੋ ਸਕੇ ਬਾਜ਼ਾਰੋਂ ਜਿਹੜੇ ਆ ਚੰਗੀ ਕੰਪਨੀਆਂ ਦੇ ਵੀ ਮਿਲ ਜਾਂਦੇ ਆ ਕੜਾਹ ਪ੍ਰਸ਼ਾਦ, ਪਰ ਇਹ ਤੁਸੀਂ ਖਿਆਲ ਰੱਖਣਾ ਵੀ ਘਰ ਦੇ ਬਣੇ ਘਿਓ ਤੋਂ ਜੇ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਵੇ, ਉਹਦੇ ਵਰਗੀ ਹੋਰ ਕੋਈ ਰੀਸ ਨਹੀਂ ਹੈ। ਅਤੇ ਹੁਣ ਜਦੋਂ ਕੜਾਹ ਪ੍ਰਸ਼ਾਦ ਤਿਆਰ ਕਰਨਾ, ਇੱਕ ਗੱਲ ਚੇਤੇ ਰੱਖਿਓ, ਉਦੋਂ ਗੱਲਾਂ ਨਹੀਂ ਕਰਨੀਆਂ ਗੁਰਮੁਖ ਪਿਆਰਿਓ, ਉਦੋਂ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਸੰਪੂਰਨ ਪਾਠ ਕਰਨਾ ਚਾਹੀਦਾ ਸਾਨੂੰ ਨਾਲ ਨਾਲ। ਦੇਗ ਬਣਾਉਣ ਸਮੇਂ ਮਨ ਦੇ ਵਿੱਚ ਕੋਈ ਹੋਰ ਫੁਰਨਾ ਖਿਆਲ ਨਹੀਂ ਆਉਣਾ ਚਾਹੀਦਾ। ਕਈ ਵਾਰ ਇਸ ਤਰ੍ਹਾਂ ਵੀ ਹੋਇਆ, ਇਤਿਹਾਸ ਵਿੱਚ ਆਉਂਦਾ ਵਾ, ਇਹ ਮਹਾਂਪੁਰਖ ਵੀ ਦੱਸਦੇ ਆ ਸਾਨੂੰ ਵੀ ਕਈ ਵਾਰੀ ਕੜਾਹ ਪ੍ਰਸ਼ਾਦ ਦੀ ਵਾਸ਼ਨਾ ਜਦੋਂ ਸਾਨੂੰ ਆਉਂਦੀ ਆ ਅਤੇ ਮਨ 'ਚ ਖਿਆਲ ਆ ਜਾਂਦਾ ਵੀ ਅਸੀਂ ਛੱਕ ਕੇ ਦੇਖ ਲਈਏ, ਇਸ ਤਰ੍ਹਾਂ ਵੀ ਦੇਗ ਨੂੰ ਭੋਗ ਨਹੀਂ ਲੱਗਦਾ ਬਾਅਦ ਵਿੱਚ, ਕਿਉਂ ਸਾਡੇ ਮਨ ਦੇ ਵਿੱਚ ਖਿਆਲ ਆ ਗਿਆ ਵੀ ਪਹਿਲਾਂ ਹੀ ਹਜੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਭੋਗ ਨਹੀਂ ਲੱਗਿਆ, ਵੀ ਕਿੰਨਾ ਸਵਾਦ ਬਣਿਆ ਹੋਊਗਾ, ਇਹ ਵੀ ਨਹੀਂ ਮਨ ਦੇ ਵਿੱਚ ਰੱਖਣਾ। ਇਹ ਵੀ ਜਿਹੜਾ ਫੁਰਨਾ ਨਾ, ਗੁਰੂ ਸਾਹਿਬ ਜੀ ਦੀ ਪਹੁੰਚ ਸਾਡੇ ਮਨਾਂ ਤੱਕ ਹੁੰਦੀ ਆ, ਮਨ 'ਚ ਨਹੀਂ ਰੱਖਣੀ, ਬਸ ਗੁਰੂ ਨੂੰ ਸਮਰਪਿਤ ਹੋ ਕੇ ਪ੍ਰਸ਼ਾਦ ਬਣਾਉਣਾ ਵਾ ਅਤੇ ਨਾਲ ਨਾਲ ਪਾਠ ਕਰਨਾ, ਗੱਲਾਂ ਨਹੀਂ ਕਰਨੀਆਂ। ਅਤੇ ਜਦੋਂ ਕੜਾਹ ਪ੍ਰਸ਼ਾਦ ਤਿਆਰ ਹੋ ਜਾਵੇ ਤਾਂ ਉਸ ਤੋਂ ਬਾਅਦ ਉਹਨੂੰ ਸਾਫ਼ ਸੁਥਰੇ ਚਿੱਟੇ ਰੰਗ ਦੇ ਕੱਪੜੇ ਦੇ ਨਾਲ ਗੁਰਮੁਖ ਪਿਆਰਿਓ ਢੱਕ ਦੇਣਾ ਹੈ। ਇਸ ਤਰ੍ਹਾਂ ਨਾ ਹੋਵੇ ਕੜਾਹ ਪ੍ਰਸ਼ਾਦ ਤੁਸੀਂ ਤਿਆਰ ਕਰ ਦਿੱਤਾ ਅਤੇ ਉਹਦੇ ਉੱਪਰ ਆ ਕੇ ਮੱਖੀਆਂ ਮੱਛਰ ਆਦਿ ਬੈਠ ਜਾਣ। ਨਹੀਂ ਜੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪੂਰਾ ਉਹਨੂੰ ਕੱਪੜੇ ਦੇ ਨਾਲ ਨਾ ਢੱਕ ਦੇਣਾ ਹੈ। ਇਹ ਵੀ ਮਰਿਆਦਾ ਦੇ ਵਿੱਚ ਹੀ ਆਉਂਦਾ ਵਾ। ਹਾਂ, ਬਹੁਤ ਸੰਗਤ ਨੂੰ ਤਾਂ ਇਹ ਪਤਾ ਹੀ ਆ ਵੀ ਇਸ ਤਰ੍ਹਾਂ ਕਰਨਾ, ਪਰ ਕਈਆਂ ਨੂੰ ਪਤਾ ਨਹੀਂ ਹੁੰਦਾ। ਉਹ ਕੀ ਕਰਦੇ ਆ, ਕੜਾਹ ਪ੍ਰਸ਼ਾਦ ਤਿਆਰ ਕਰ ਲੈਂਦੇ ਆ, ਫਿਰ ਉਹਨੂੰ ਉਸ ਤਰ੍ਹਾਂ ਹੀ ਛੱਡ ਦਿੰਦੇ ਆ। ਨਹੀਂ ਜੀ, ਇਸ ਤਰ੍ਹਾਂ ਨਹੀਂ ਕਰਨਾ। ਅਤੇ ਨਾਲੇ ਇੱਕ ਹੋਰ ਗੱਲ, ਗੁਰੂ ਸਾਹਿਬ ਜੀ ਨੂੰ ਕੜਾਹ ਪ੍ਰਸ਼ਾਦ ਦੀ ਜਦੋਂ ਆਪਾਂ ਭੋਗ ਲਵਾਉਣਾ, ਦੇਗ ਜਿਹੜੀ ਆ ਪ੍ਰਸ਼ਾਦ, ਬਹੁਤਾ ਗਰਮ ਨਹੀਂ ਹੋਣਾ ਚਾਹੀਦਾ। ਜੇ ਅਸੀਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ, ਜਿਸ ਤਰ੍ਹਾਂ ਆਪਾਂ ਬਹੁਤਾ ਗਰਮ ਭੋਜਨ ਨਹੀਂ ਛੱਕ ਸਕਦੇ, ਇਹ ਗਰਮ ਵੀ ਨਹੀਂ ਹੋਣਾ ਚਾਹੀਦਾ। ਤਾਂ ਸਾਨੂੰ ਭੋਗ ਲਵਾਉਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਜਿਹੜਾ ਹੈ ਉਹਨੂੰ ਥੋੜ੍ਹਾ ਕੜਛੀ ਦੇ ਨਾਲ ਹਿਲਾ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਗੁਰਮੁਖ ਪਿਆਰਿਓ, ਇਹ ਸਹੀ ਤਰੀਕੇ ਨਾਲ ਭੋਗ ਵੀ ਲੱਗ ਸਕੇ। ਇਹ ਗਲਤੀਆਂ ਕਈ ਵਾਰ ਅਸੀਂ ਅਣਜਾਣਪੁਣੇ ਵਿੱਚ ਕਰਦੇ ਹਾਂ, ਪਰ ਇਹ ਗਲਤੀਆਂ ਨਹੀਂ ਕਰਨੀਆਂ ਸੀ। ਜਦੋਂ ਪਤਾ ਲੱਗ ਗਿਆ ਵੀ ਮਰਿਆਦਾ ਇਹ ਆ, ਉਸ ਤੋਂ ਬਾਅਦ ਨਹੀਂ ਗਲਤੀ ਹੋਣੀ ਚਾਹੀਦੀ। ਹੁਣ ਇੱਕ ਹੋਰ ਜਿਹੜੀ ਇੱਥੇ ਗੱਲ ਆ, ਉਹ ਨਹੀਂ ਪਤਾ ਹੈਗੀ ਗੁਰਮੁਖ ਪਿਆਰਿਓ ਬਹੁਤਿਆਂ ਨੂੰ, ਕਿ ਜਦੋਂ ਕੜਾਹ ਪ੍ਰਸ਼ਾਦ ਤਿਆਰ ਹੋ ਗਿਆ, ਆਪਾਂ ਕਹਿੰਦੇ ਆਪਾਂ ਜਪਜੀ ਸਾਹਿਬ ਦਾ ਪਾਠ ਪੜ੍ਹ ਗਿਆ, ਪਾਠ ਕਰ ਦਿੱਤਾ, ਪਰ ਹੁਣ ਸਾਨੂੰ ਪਾਠ ਕਰਨ ਦੀ ਲੋੜ ਨਹੀਂ। ਨਹੀਂ ਜੀ, ਐਸੀ ਗੱਲ ਨਹੀਂ। ਜਦੋਂ ਪ੍ਰਸ਼ਾਦ ਤਿਆਰ ਹੋ ਗਿਆ, ਉਸ ਤੋਂ ਬਾਅਦ ਤੁਸੀਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਸੰਪੂਰਨ 40 ਪੌੜੀਆਂ ਦਾ ਪਾਠ ਕਰਨਾ, ਇਹ ਵਿਧੀ ਆ। ਅਤੇ ਮਹਾਂਪੁਰਖ ਤਾਂ ਦੱਸਦੇ ਸੀ ਵੀ 3 ਪਾਠ ਕਰਨੇ ਚਾਹੀਦੇ ਆ, ਵੀ ਕੋਈ ਕਾਰਜ ਰੁਕਿਆ ਹੋਵੇ ਕਿਸੇ ਦਾ, ਪੂਰਾ ਨਾ ਹੁੰਦਾ ਹੋਵੇ, ਤਾਂ ਉਦੋਂ ਫਿਰ ਆਨੰਦ ਸਾਹਿਬ ਜੀ ਦਾ 3 ਵਾਰ ਪਾਠ ਕਰਨਾ ਚਾਹੀਦਾ। ਫਿਰ ਅਰਦਾਸ ਕਰਨੀ ਚਾਹੀਦੀ ਮਾਲਕ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ। ਫਿਰ ਜਦੋਂ ਆਪਾਂ ਹੁਕਮਨਾਮਾ ਸਾਹਿਬ ਲੈਂਦੇ ਹਾਂ, ਉੱਤੇ ਭਰੋਸਾ ਵੀ ਸਾਡਾ ਹੋਣਾ ਚਾਹੀਦਾ ਵੀ ਹਾਂ, ਗੁਰੂ ਨੇ ਹੁਕਮ ਕੀਤਾ ਇਹ।
ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਇੱਕ ਖਿਆਲ ਆ ਲੋਕਾਂ ਦੇ ਮਨ ਵਿੱਚ ਵੀ ਇਹ ਕਿਸੇ ਨੇ ਸਾਡੇ 'ਤੇ ਜਾਦੂ ਟੂਣਾ ਕੋਈ ਧਾਗਾ ਤਵੀਤ ਤੰਤਰ ਮੰਤਰ ਕੀਤਾ ਹੋਇਆ। ਇੱਕ ਤਾਂ ਮਨ ਦੇ ਵਿੱਚ ਬੀਬੀਆਂ ਦੇ ਖਿਆਲ ਹੁੰਦਾ ਵਾ, ਇੱਕ ਆਂਢਣਾ ਗਵਾਂਢਣਾ ਇਸ ਤਰ੍ਹਾਂ ਗੱਲਾਂ ਕਰਕੇ ਨਾ ਉਹ ਫਿਰ ਆਪਣੇ ਭਰਮ ਜਾਲ ਵਿੱਚ ਬੰਦੇ ਨੂੰ ਫਸਾ ਲੈਂਦੀਆਂ ਨੇ। ਤਾਂ ਜਿੱਥੇ ਭਾਈ ਗੁਰੂ ਦੀ ਮਰਿਆਦਾ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਸਰਬਲੋਹ ਦੇ ਬਰਤਨਾਂ ਦੇ ਵਿੱਚ ਅਤੇ ਇਹ ਮਰਿਆਦਾ ਅਨੁਸਾਰ ਸ਼੍ਰੀ ਆਨੰਦ ਸਾਹਿਬ ਜੀ ਦੇ 3 ਪਾਠ ਕਰਕੇ ਦੇਗ ਵਰਤਾਈ ਜਾਂਦੀ ਆ ਜਾਂ ਦੇਗ ਤਿਆਰ ਕੀਤੀ ਜਾਂਦੀ, ਉੱਥੇ ਇਹਨਾਂ ਚੀਜ਼ਾਂ ਦਾ ਭੂਤ ਪ੍ਰੇਤ ਜਿੰਨ ਜਾਦੂ ਟੂਣੇ ਕਾਲਾ ਇਲਮ ਇਹਨਾਂ ਦਾ ਜ਼ੋਰ ਨਹੀਂ ਚੱਲਦਾ। ਜਿੱਥੇ ਇਸ ਤਰ੍ਹਾਂ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਵੇ ਉੱਥੇ ਕਿਸੇ ਵੀ ਉਹ ਸਿਆਣਿਆਂ ਦੇ ਕੋਲ ਜਾਣ ਦੀ ਤੁਹਾਨੂੰ ਲੋੜ ਨਹੀਂ। ਜਦੋਂ ਗੁਰੂ ਨੇ ਮਰਿਆਦਾ ਦੱਸ ਦਿੱਤੀ ਆ, ਇਹ ਮਰਿਆਦਾ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸੀ ਸੀਗੀ ਕਿ ਇਸ ਤਰ੍ਹਾਂ ਭਾਈ ਇਹ ਦੇਗ ਤਿਆਰ ਕਰਨੀ, ਕੜਾਹ ਪ੍ਰਸ਼ਾਦ ਤਿਆਰ ਕਰਨਾ ਹੈ। ਜੇ ਇਸ ਵਿਧੀ ਨਾਲ ਤਿਆਰ ਕੀਤਾ ਹੋਵੇ ਬੰਦੇ ਨੂੰ ਕਿਸ ਤਰ੍ਹਾਂ ਕੋਈ ਬਲਾ ਕੋਈ ਮਾੜੀ ਚੀਜ਼ ਉਹਦੇ ਨੇੜੇ ਆਜੂਗੀ? ਨਹੀਂ ਆ ਸਕਦੀ। ਪਰ ਲੋਕ ਜਿਹੜੇ ਆ ਉਹ ਪਖੰਡਾਂ ਵਿੱਚ ਫਸੇ ਹੋਏ ਆ, ਉਹ ਗੁਰੂ ਦੀ ਮਰਿਆਦਾ ਜਿਹੜੀ ਨਹੀਂ ਧਾਰਨ ਕਰਦੇ, ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ ਆ ਧਾਗੇ ਜਾਦੂ ਟੂਣਿਆਂ ਦੇ ਪਿੱਛੇ ਲੱਗ ਕੇ। ਹੁਣ ਤੁਹਾਨੂੰ ਇੱਥੇ ਹੋਰ ਵੀ ਮਰਿਆਦਾ ਬਾਰੇ ਸਮਝਾਉਣਾ ਵਾ, ਧਿਆਨ ਦੇ ਨਾਲ ਸਾਰੀ ਗੱਲ ਸੁਣਿਓ ਜੀ। ਜਦੋਂ ਅਸੀਂ ਕੜਾਹ ਪ੍ਰਸ਼ਾਦ ਨੂੰ ਭੋਗ ਲਵਾ ਦਿੱਤਾ, ਗੁਰਮੁਖ ਪਿਆਰਿਓ ਅਰਦਾਸ ਹੋ ਗਈ ਆ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋ ਗਿਆ, ਤਾਂ 5 ਪਿਆਰਿਆਂ ਦੇ ਨਾਮ ਲੈ ਕੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਭਾਈ ਦਇਆ ਸਿੰਘ ਜੀ ਸੀਸ ਝੁਕਾ ਕੇ ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ, ਗੁਰਮੁਖ ਪਿਆਰਿਓ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਅਤੇ ਇਹ ਜਿਹੜਾ ਪ੍ਰਸ਼ਾਦ ਆ 5 ਪਿਆਰਿਆਂ ਦੇ ਨਾਮ ਦਾ ਕੱਢਣਾ ਚਾਹੀਦਾ। ਇਹ ਦੇਗ ਬਣਾਉਣ ਸਮੇਂ ਅਤੇ ਦੇਗ ਵਰਤਾਉਣ ਸਮੇਂ ਵੀ ਸਾਨੂੰ ਆਪਣਾ ਮੌਖਾ ਜਿਹੜਾ ਪਰਨੇ ਨਾਲ ਕੱਪੜੇ ਨਾਲ ਢੱਕ ਲੈਣਾ ਚਾਹੀਦਾ ਰੁਮਾਲ ਦੇ ਨਾਲ। ਕਿਉਂ? ਕਿਉਂਕਿ ਕਈ ਵਾਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਵੀ ਮੂੰਹ ਦੇ ਵਿੱਚੋਂ ਥੁੱਕ ਨਾ ਡਿੱਗ ਪਵੇ, ਸਤਿਕਾਰ ਕਰਨਾ। ਗੁਰਮੁਖ ਪਿਆਰਿਓ, ਇਹ ਸਤਿਕਾਰ ਜਿੰਨਾ ਕਰੋਗੇ ਗੁਰੂ ਦਾ ਉੱਨਾ ਹੀ ਤੁਹਾਡਾ ਸਤਿਕਾਰ ਹੋਵੇਗਾ। ਇਹ ਗੱਲ ਚੇਤੇ ਰੱਖਿਓ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਗੁਰੂ ਨੇ ਉਹਨਾਂ ਦੀ ਪੂਜਾ ਕਰਵਾਈ, ਉਹਨਾਂ ਦਾ ਸਤਿਕਾਰ ਕਰਵਾਇਆ ਜਿਹੜੇ ਗੁਰੂ ਦਾ ਸਤਿਕਾਰ ਕਰਦੇ ਆ। ਰੱਬ ਉਹਨਾਂ ਦੀ ਚੜ੍ਹਦੀ ਕਲਾ ਕਰਦਾ। ਇਹ ਜਿਹੜੀ ਜੁਗਤੀ ਮੈਂ ਤੁਹਾਨੂੰ ਵਿਧੀ ਦੱਸੀ ਕੋਈ ਆਪਣੇ ਕੋਲੋਂ ਨਹੀਂ, ਇਹ 10ਵੇਂ ਪਾਤਸ਼ਾਹ ਜੀ ਨੇ ਬਿਸ਼ੰਬਰ ਦਾਸ ਨੂੰ ਦੱਸਿਆ ਸੀ ਜਦੋਂ ਉਹਦੇ ਕੰਮਾਂ 'ਚ ਰੁਕਾਵਟ ਪੈ ਗਈ ਸੀਗੀ। ਵੀ ਮਹਾਰਾਜ ਨੇ ਆਖਿਆ ਘਰੇ ਚਲਿਆ ਜਾ, ਇਹ ਵਿਧੀ ਨਾਲ ਕੜਾਹ ਪ੍ਰਸ਼ਾਦ ਤਿਆਰ ਕਰੀ, ਸਭ ਠੀਕ ਹੋ ਜਾਵੇਗਾ, ਚੜ੍ਹਦੀ ਕਲਾ ਹੋ ਜਾਵੇਗੀ। ਇਹ ਕੋਈ ਆਪਣੇ ਕੋਲੋਂ ਦੱਸੀ ਮਰਿਆਦਾ ਨਹੀਂ, ਇਹ ਸਿੱਖ ਇਤਿਹਾਸ ਦੇ ਵਿੱਚੋਂ ਮੈਂ ਆਪ ਜੀ ਨੂੰ ਸਰਵਣ ਕਰਵਾ ਰਿਹਾ। ਮਤਾ ਸੋਚਣਾ ਕਿ ਮੈਂ ਆਪਣੇ ਕੋਲੋਂ ਦੱਸ ਰਿਹਾ ਜੀ, ਇਸ ਤਰ੍ਹਾਂ ਨਹੀਂ ਹੈ। 10ਵੇਂ ਪਾਤਸ਼ਾਹ ਜੀ ਨੇ ਬਿਸ਼ੰਬਰ ਦਾਸ ਨੂੰ ਆਖਿਆ ਸੀ ਤੇਰੀ ਭੁੱਖ ਗਰੀਬੀ ਸਭ ਕੁਝ ਕੱਟਿਆ ਜਾਵੇਗਾ ਜੇ ਤੂੰ ਆਹ ਵਿਧੀ ਦੇ ਨਾਲ ਕੜਾਹ ਪ੍ਰਸ਼ਾਦ ਤਿਆਰ ਕਰੇਗਾ ਅਤੇ ਵਰਤਾਵੇਂਗਾ ਅਤੇ ਗੁਰੂ ਦੇ ਹੁਕਮ ਨੂੰ ਸੱਤ ਸੱਤ ਕਰਕੇ ਮੰਨੇਗਾ। ਅਤੇ ਉਹਨੇ ਕੀਤਾ ਵੀ ਹੈ ਅਤੇ ਸਭ ਕੁਝ ਠੀਕ ਹੋ ਗਿਆ। ਆਪਾਂ ਕਰਦੇ ਨਹੀਂ ਤਾਂ ਆਪਣਾ ਸਾਰਾ ਕੁਝ ਠੀਕ ਨਹੀਂ ਹੋਏਗਾ। ਜਦੋਂ ਅਸੀਂ ਗੁਰੂ ਅਨੁਸਾਰ ਚੱਲਣ ਲੱਗ ਗਏ, ਜੋ ਗੁਰ ਕਹਿ ਸੋਈ ਭਲ ਮੰਨੋ, ਜਿਹੜਾ ਕੁਝ ਗੁਰੂ ਕਹਿੰਦਾ ਆਪਾਂ ਮੰਨ ਲਿਆ, ਅਤੇ ਹਰ ਹਰ ਕਥਾ ਨਿਰਾਲੀ, ਕਥਾ ਸੁਣੀ ਦਾ ਵਿਚਾਰਾਂ ਨੂੰ ਸੁਣੇ ਦਾ ਵੀ ਫੇਰ ਹੀ ਫਾਇਦਾ ਜੇ ਗੁਰੂ ਦੀ ਮੰਨਣੀ ਆ। ਹੁਣ ਇਹ ਜਿਹੜੀ ਸਾਰੀ ਵਿਧੀ ਮਹਾਰਾਜ ਨੇ ਦੱਸੀ ਸੀਗੀ ਵੀ ਜੇ ਕੋਈ ਰਹਿਤ ਮਰਿਆਦਾ ਵਿੱਚ ਰਹਿ ਕੇ ਅਰਦਾਸ ਕਰਦਾ ਉਹਦਾ ਕਾਰਜ ਕਿਵੇਂ ਅੜਜੂਗਾ, ਨਹੀਂ ਰੁਕ ਸਕਦਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਉਹਦਾ ਕੰਮ ਕਿਸ ਤਰ੍ਹਾਂ ਅੜ ਸਕਦਾ ਜੀ, ਕਿਸ ਤਰ੍ਹਾਂ ਰੁਕ ਸਕਦਾ ਜੋ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਕਰ ਇਹ ਜੋ ਅਰਦਾਸ ਬੇਨਤੀ ਆ ਕਰੇਗਾ।
ਅਸਲ ਵਿੱਚ ਸਾਨੂੰ ਰਹਿਤ ਮਰਿਆਦਾ ਦਾ ਨਹੀਂ ਪਤਾ ਹੈਗਾ, ਤਾਂ ਹੀ ਆਪਣੇ ਕਾਰਜ ਆਪਾਂ ਕਹਿੰਦੇ ਅਰਦਾਸ ਕਰਕੇ ਵੀ ਨਹੀਂ ਠੀਕ ਹੋ ਰਹੇ। ਉਹ ਅਰਦਾਸ ਕਦੇ ਵੀ ਵਿਅਰਥੀ ਨਹੀਂ ਜਾਂਦੀ ਜਿਹੜੀ ਰਹਿਤ ਮਰਿਆਦਾ ਵਿੱਚ ਹੋ ਕਰ ਗੁਰੂ ਦਾ ਭੈ ਰੱਖ ਕੇ ਕੀਤੀ ਜਾਂਦੀ, ਹਾਜ਼ਰ ਨਾਜ਼ਰ ਸਮਝ ਕੇ ਗੁਰੂ ਨੂੰ ਕੀਤੀ ਜਾਂਦੀ, ਉਹ ਵਿਅਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਉਹ ਵਿਅਰਥੀ ਕਿਵੇਂ ਹੋ ਸਕਦੀ ਹੈ ਸੇਵਕ ਦੀ ਅਰਦਾਸ। ਇਸ ਕਰਕੇ ਭਾਈ ਸਾਨੂੰ ਇਉਂ ਕਿਹਾ ਕਰੋ ਵੀ ਸਾਨੂੰ ਮਰਿਆਦਾ ਦਾ ਨਹੀਂ ਪਤਾ, ਵੀ ਕਿਤੇ ਗਲਤੀ ਹੋ ਗਈ ਸਾਡੇ ਤੋਂ, ਭੁੱਲ ਹੋ ਗਈ। ਜਦੋਂ ਇਉਂ ਕਹਿਣ ਲੱਗ ਗਏ ਨਾ, ਆਪੇ ਹੀ ਮਰਿਆਦਾ ਤੁਹਾਨੂੰ ਸਾਰੀ ਆ ਜਾਣੀ ਹੈ ਜਦੋਂ ਨੀਵੇਂ ਹੋ ਗਏ ਤੁਸੀਂ। ਜਿਹੜਾ ਵੀ ਰਹਿਤ ਮਰਿਆਦਾ ਵਿੱਚ ਰਹਿ ਕੇ ਅਰਦਾਸ ਕਰਨੀ ਸਿੱਖ ਜਾਵੇਗਾ, ਉਹਦੇ 'ਤੇ ਕੋਈ ਜਾਦੂ ਟੂਣਾ ਮੰਤਰ ਤੰਤਰ ਕਾਲਾ ਇਲਮ ਚੱਲ ਹੀ ਨਹੀਂ ਸਕਦਾ। ਉਹ ਮਤਾ ਵਹਿਮ ਦੇ ਵਿੱਚ ਪਵੇ, ਹੋਰ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ। ਅੱਜ ਕੱਲ੍ਹ ਲੋਕ ਜਿਹੜੇ ਉਹਨਾਂ ਨੂੰ ਪਤਾ ਨਹੀਂ ਵੀ ਸਾਡੇ ਗੁਰੂ ਨੇ ਕੜਾਹ ਪ੍ਰਸ਼ਾਦ ਦੇ ਵਿੱਚ ਸਾਨੂੰ ਕਿੰਨਾ ਕੁਝ ਦੇ ਦਿੱਤਾ, ਅਤੇ ਨਾਲੇ ਇਹ ਉਹ ਕੜਾਹ ਪ੍ਰਸ਼ਾਦ ਆ ਗੁਰਮੁਖ ਪਿਆਰਿਓ, ਜਦੋਂ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਅਤੇ ਉਦੋਂ ਇਹਨੂੰ ਢੱਕ ਕੇ ਰੱਖਿਆ ਜਾਂਦਾ ਹੈ, ਅਤੇ ਉਦੋਂ ਸਾਰੀ ਸੰਗਤ ਦਾ ਧਿਆਨ ਸੁਰਤ ਕੜਾਹ ਪ੍ਰਸ਼ਾਦ ਦੇ ਵਿੱਚ ਉਹ ਇੱਕ ਭਾਵਨਾ ਰੂਪ ਵਿੱਚ ਹੋ ਕੇ ਵੀ ਆ ਜਾਂਦੀ ਹੈ, ਅਤੇ ਜਿਹਦੇ ਕਰਕੇ ਇੰਨਾ ਪ੍ਰਸ਼ਾਦ ਸਵਾਦ ਲੱਗਦਾ ਸਾਨੂੰ। ਇਹ ਇੱਕ ਵਾਈਬ੍ਰੇਸ਼ਨ ਦਾ, ਇੱਕ ਤਰੰਗਾਂ ਦਾ ਵੀ ਅਸਰ ਆ। ਕੜਾਹ ਪ੍ਰਸ਼ਾਦ ਪਹਿਲਾਂ ਕਿਸੇ ਦੀ ਨਿਗਾਹ ਨਹੀਂ ਪੈਣਾ ਚਾਹੀਦਾ, ਤਾਂ ਢੱਕ ਕੇ ਰੱਖਣਾ ਪੈਂਦਾ ਵੀ ਗੁਰੂ ਸਾਹਿਬ ਨੂੰ ਭੋਗ ਲੱਗੂਗਾ, ਉਸ ਤੋਂ ਬਾਅਦ ਫਿਰ ਸੰਗਤ ਨੂੰ ਵਰਤਾਇਆ ਜਾਊਗਾ। ਤਾਂ ਇਹ ਇੱਕ ਨਾ ਮਰਿਆਦਾ ਹੁੰਦੀ ਹਰ ਕੰਮ ਨੂੰ ਕਰਨ ਦੀ, ਤਾਂ ਜਿਨ੍ਹਾਂ ਨੇ ਵੀ ਮਰਿਆਦਾ ਵਿੱਚ ਰਹਿ ਕੇ ਕੀਤਾ ਉਹ ਜਾਣਦੇ ਵੀ ਉਹਨਾਂ ਦੇ ਕੀਤੇ ਸਾਰੇ ਜਿੰਨੇ ਅੱਜ ਤੱਕ ਅਰਦਾਸਾਂ ਸੀਗੀਆਂ, ਬੇਨਤੀਆਂ ਸੀ ਮਹਾਰਾਜ ਅੱਗੇ, ਕੋਈ ਨੇਫਲ ਨਹੀਂ ਗਈ, ਸਭ ਕਾਰਜ ਚੜ੍ਹਦੀ ਕਲਾ 'ਚ ਹੀ ਹੋ ਗਿਆ। ਜੇ ਤੁਸੀਂ ਇੱਦਾਂ ਕਰੋਗੇ, ਇਸ਼ਨਾਨ ਕਰਕੇ, ਕੇਸੀ ਇਸ਼ਨਾਨ ਕਰਕੇ, ਸਾਫ਼ ਸੁਥਰੇ ਕੱਪੜੇ ਪਾ ਕੇ, ਸਰਬਲੋ ਦੇ ਬਰਤਨਾਂ ਵਿੱਚ ਇਹ ਗੁਰੂ ਦੀ ਦੱਸੀ ਮਰਿਆਦਾ ਅਨੁਸਾਰ ਤਿਆਰ ਕਰੋਗੇ, ਜਪਜੀ ਸਾਹਿਬ ਪੜ੍ਹੋਗੇ, ਆਨੰਦ ਸਾਹਿਬ ਦੇ 3 ਪਾਠ ਪੜ੍ਹੋਗੇ, ਤਾਂ ਉਸ ਤੋਂ ਬਾਅਦ ਤੁਸੀਂ ਵੇਖੋਗੇ ਵੀ ਹਾਂ, ਇਹ ਕੀਤੇ ਕਾਰਜ ਜਿਹੜੇ ਸੀਗੇ ਉਹ ਅੜੇਵੇ ਰੁਕੇ ਵੇ ਬਹੁਤ ਸਮੇਂ ਤੋਂ, ਉਹ ਸਾਰੇ ਗੁਰੂ ਨੇ ਕਰ ਦਿੱਤੇ, ਗੁਰੂ ਨੇ ਕਲਾ ਵਰਤਾਈ ਹੈ। ਤਾਂ ਭਾਈ ਇਹ ਦੇਗ ਦੀ ਜਿਹੜੀ ਮਰਿਆਦਾ ਸੀਗੀ ਸਜਾਉਣ ਦੀ, ਉਹ ਆਪ ਜੀ ਨੂੰ ਦੱਸੀ ਹੈ ਇੱਥੇ। ਜ਼ਰੂਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਕਰਕੇ ਦੇਖਿਓ, ਅਤੇ ਗੁਰੂ 'ਤੇ ਭਰੋਸਾ ਵੀ ਬਣ ਜਾਵੇਗਾ। ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਅਸੀਂ ਤਾਂ ਗੁਰੂ ਅੱਗੇ ਅਰਦਾਸ ਕੀਤੀ ਆ, ਪੂਰੀ ਨਹੀਂ ਹੋਈ। ਜਦੋਂ ਭਾਈ ਕੜਾਹ ਪ੍ਰਸ਼ਾਦ ਤਿਆਰ ਕਰਦੇ ਸਮੇਂ ਗੱਲਾਂ ਹੀ ਕਰੀ ਜਾਣੀਆਂ ਨੇ, ਅਤੇ ਸਜਣ ਤੋਂ ਬਾਅਦ ਦੇਗ ਸਜਾ ਕੇ ਰੱਖ ਦਿੱਤੀ ਆ, ਅਤੇ ਉਹ ਜਗ੍ਹਾ ਦੇ ਉੱਪਰ ਨਾਲ ਕੋਈ ਪਾਠ ਵੀ ਨਹੀਂ ਪੜ੍ਹਿਆ, ਸਿੱਧੀ ਹੀ ਅਰਦਾਸ ਕਰ ਦਿੱਤੀ, ਤਾਂ ਕਿਸ ਤਰ੍ਹਾਂ ਅਰਦਾਸ ਪੂਰੀ ਹੋਣੀ ਸੀ। ਤਾਂ ਦੱਦੈ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਹੋਰਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਗੁਰੂ ਨਹੀਂ ਆਪਾਂ ਕਹਿ ਨਹੀਂ ਸਕਦੇ ਵੀ ਇਸ ਤਰ੍ਹਾਂ, ਅਤੇ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਂ, ਸਾਡੇ 'ਚ ਹੀ ਕਮੀ ਆ ਕੋਈ, ਜਿਹਦੇ ਕਰਕੇ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਤਾਂ ਇਹ ਕੜਾਹ ਪ੍ਰਸ਼ਾਦ ਦੀ ਮਰਿਆਦਾ ਮੈਂ ਆਪਣੇ ਕੋਲੋਂ ਨਹੀਂ ਕਹੀ ਜੀ, ਇਹ ਜੋ ਇਤਿਹਾਸ ਵਿੱਚ ਸਾਖੀ ਆਉਂਦੀ ਆ ਉਹਦੇ ਵਿੱਚੋਂ ਆਪ ਜੀ ਨੂੰ ਦੱਸੀ ਗਈ ਆ। ਸਾਰੇ ਜਾਣੇ ਭਾਈ ਇੱਕ ਵਾਰੀ ਕਰਕੇ ਜ਼ਰੂਰ ਦੇਖਿਓ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।